ਕਿਸਾਨੀ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਬਰਸਾਤ ਦੇ ਮੌਸਮ ਕਾਰਨ ਖਰਾਬ ਹੋਈ ਫਸਲ ਨੂੰ ਦੇਖਦੇ ਹੋਏ, ਕਿਸਾਨਾਂ ਦੀ ਹਾਲਤ ਨੂੰ ਦੇਖਦੇ ਹੋਏ ਇੱਕ ਪ੍ਰੈਸ ਕਾਨਫਰੰਸ ਰੱਖੀ ਆ। ਆਓ ਦੇਖਦੇ ਹਾਂ ਕੀ ਕਹਿ ਰਹੇ ਆ ਬਲਵੀਰ ਸਿੰਘ ਰਾਜੇਵਾਲ। ਯੂਪੀ, ਹਰਿਆਣਾ, ਪੰਜਾਬ ਜਿੱਥੇ ਕਣਕ ਪੈਦਾ ਹੁੰਦੀ ਹੈ ਸਾਰੇ ਬਰਸਾਤ ਨੇ ਵੱਡੀ ਪੱਧਰ 'ਤੇ ਨੁਕਸਾਨ ਕੀਤਾ। ਇੱਕ ਤਰ੍ਹਾਂ ਦਾ ਮੈਂ ਸਮਝਦਾ ਇਕਨੋਮਿਕ ਡਿਜ਼ਾਸਟਰ ਹੈ ਇਹ। ਇਹਨੂੰ ਇੰਨਾ ਲਾਈਟਲੀ ਲੈਣ ਦੀ ਲੋੜ ਨਹੀਂ ਜਿੰਨਾ ਗੰਭੀਰ ਇਹ ਮੁੱਦਾ ਸਰਕਾਰਾਂ ਜਿਸ ਤਰ੍ਹਾਂ ਲੈ ਰਹੀਆਂ। ਔਰ ਮੈਨੂੰ ਅਫਸੋਸ ਹੈ ਵੀ ਪੰਜਾਬ ਦੇ ਮੰਤਰੀ, ਪੰਜਾਬ ਦਾ ਮੁੱਖ ਮੰਤਰੀ ਰੋਜ਼ ਐਲਾਨ ਕਰਦਾ ਵੀ ਅਸੀਂ 7 ਦਿਨਾਂ ਦੇ ਵਿੱਚ ਗਿਰਦਾਵਰੀ ਕਰਕੇ ਅਸੀਂ ਅਪ੍ਰੈਲ ਦੇ ਮਹੀਨੇ ਤੁਹਾਨੂੰ ਪੈਸੇ ਦੇ ਦੇਣੇ ਆ, ਅਤੇ ਨਾਲ ਉਹ ਕਹਿੰਦਾ ਅਸੀਂ ਪੈਸੇ ਵਧਾ ਤੇ 15,000 ਰੁਪਇਆ ਪਰ ਏਕੜ ਕਰਤਾ। ਮੈਨੂੰ ਸਮਝ ਨਹੀਂ ਆ ਰਹੀ ਭਈ ਉਹ ਕਿਹਨਾਂ ਲੋਕਾਂ ਨੂੰ ਮੂਰਖ ਬਣਾ ਰਿਹਾ। ਅੱਜ ਤੱਕ ਪਿਛਲੇ 50 ਸਾਲ ਤੋਂ ਨੈਚੁਰਲ ਕਲੈਮਿਟੀਜ਼ ਫੰਡ ਦੇ ਵਿੱਚੋਂ ਪੈਸੇ ਦੇਣ ਦਾ ਇੱਕ ਤਰੀਕਾ ਤੈਅ ਹੋਇਆ ਸੀ। ਉਹਦੀਆਂ 4 ਸਲੈਬਸ ਹੁੰਦੀਆਂ ਸੀ, 25% ਤੱਕ ਜ਼ੀਰੋ ਕੰਪਨਸੇਸ਼ਨ, 25 ਤੋਂ 50, ਫਿਰ 50 ਤੋਂ 75, 75 ਤੋਂ 100%। ਇਹਨੇ ਉਹ ਸਲੈਬਸ ਘਟਾ ਕੇ 2 ਕਰਤੀਆਂ 3 ਕਰਤੀਆਂ, ਇੱਕ 33% ਤੱਕ ਜ਼ੀਰੋ, 33% ਤੋਂ 75, 75 ਤੋਂ 100% ਤੱਕ। ਫਿਰ ਉਹ ਸਮਝਦਾ 50 ਸਾਲ ਪਹਿਲਾਂ ਜਿਹੜਾ ਸਾਨੂੰ 5,000 ਰੁਪਇਆ ਮਿਲਦਾ ਸੀ ਅਤੇ ਅੱਜ ਉਹਦਾ 15,000 ਕਰਕੇ ਉਹ ਸਮਝਦਾ ਵੀ ਮੈਂ ਬਹੁਤ ਵੱਡਾ ਮਾਰਕਾ ਕਰਤਾ, ਜਦ ਜ਼ਮੀਨ ਦਾ ਠੇਕਾ 70,000 ਰੁਪਏ ਏਕੜ 'ਤੇ ਪਹੁੰਚ ਗਿਆ। ਇੱਕ ਫਸਲ ਦਾ 35,000 ਰੁਪਈਆ ਜ਼ਮੀਨ ਦਾ ਠੇਕਾ ਹੀ ਬਣਦਾ, ਇਹ ਕੰਪਨਸੇਸ਼ਨ ਨਾਲ ਕੀ ਹੋਏਗਾ 15,000 ਰੁਪਈਏ ਨਾਲ। ਦੂਸਰੀ ਗੱਲ ਇਹ ਤੋਂ ਇਲਾਵਾ ਇਹ ਵੀ ਹੈ ਭਈ ਇਹ ਕਣਕ ਹੀ ਇਕੱਲੀ ਨਹੀਂ ਆਉਣ ਵਾਲੀ, ਪਸ਼ੂਆਂ ਲਈ ਜਿਹੜੀ ਤੂੜੀ ਬਣਨੀ ਸੀ ਇਹਦੀ ਤੂੜੀ ਵੀ ਨਹੀਂ ਬਣਨੀ, ਪਾਣੀ 'ਚ ਡੁੱਬ ਗਈ ਕਣਕ, ਕਣਕ ਬਲੀਆਂ ਦੇ ਵਿੱਚ ਪੁੰਗਰਨੀ ਸ਼ੁਰੂ ਹੋ ਗਈ। ਅਤੇ ਹਾਲੇ ਉਹ ਕਹਿੰਦੇ ਨੇ ਅਸੀਂ ਗਰਦੌਰੀਆਂ ਕਰਾਉਣੀਆਂ, ਪਟਵਾਰੀ ਇਹਨਾਂ ਕੋਲ ਹੈ ਨਹੀਂ, ਜਿੰਨੇ ਪਟਵਾਰੀ ਚਾਹੀਦੇ ਨੇ ਉਹਦਾ ਚੌਥਾ ਹਿੱਸਾ ਇਹਨਾਂ ਕੋਲ ਪਟਵਾਰੀ ਨੇ, ਜੋ ਇਹਨਾਂ ਨੇ ਅੰਦਰ ਖਾਤੇ ਹਦਾਇਤਾਂ ਦਿੱਤੀਆਂ ਪਟਵਾਰੀ ਆਪਣੇ ਦਫ਼ਤਰਾਂ 'ਚ ਬੈਠ ਕੇ, ਇਹ ਤਾਂ ਕਹਿੰਦੇ ਨੇ ਨਾ ਪਬਲਿਕ ਜਾ ਕੇ ਗਰਦੌਰੀ ਕਰੋ, ਉਹ ਦਫ਼ਤਰਾਂ 'ਚ ਬੈਠ ਕੇ 15% ਨੁਕਸਾਨ ਲਿਖੀ ਜਾ ਰਹੇ ਨੇ ਤਾਂ ਕਿ ਇੱਕ ਧੇਲਾ ਵੀ ਸਰਕਾਰ ਨੂੰ ਦੇਣਾ ਨਾ ਪਵੇ। ਔਰ DC ਮੋਹਾਲੀ ਦਾ ਤੁਸੀਂ ਬਿਆਨ ਪੜ੍ਹ ਲਿਆ ਹੋਣਾ, ਮੀਡੀਆ 'ਚ ਆ ਗਿਆ, ਉਹ ਕਹਿੰਦੇ ਸਾਨੂੰ ਹਦਾਇਤਾਂ ਨੇ ਵੀ 5 ਏਕੜ ਤੋਂ ਵੱਧ ਕਿਸੇ ਨੂੰ ਮੁਆਵਜ਼ਾ ਹੀ ਨਹੀਂ ਦੇਣਾ। ਮੇਰਾ ਕਹਿਣਾ ਹੈ ਵੀ ਪੰਜਾਬ ਦੇਸ਼ ਦੀ ਦਾ ਵੱਡਾ ਅੰਨ ਭੰਡਾਰ ਹੈ, ਇੱਥੇ ਹੀ ਨਹੀਂ ਅੱਜ ਸਾਰੇ ਦੇਸ਼ ਵਿੱਚ ਬਰਸਾਤ ਨੇ, ਬੇਮੌਸਮੀ ਬਰਸਾਤ ਨੇ ਕਣਕ ਦਾ ਬਹੁਤ ਵੱਡੀ ਪੱਧਰ 'ਤੇ ਨੁਕਸਾਨ ਕੀਤਾ ਹੈ। ਜੇ ਸਰਕਾਰ ਬੋੜੀ ਨਾ ਮਦਦ ਲਈ ਵੱਡੀ ਪੱਧਰ 'ਤੇ ਖੁਦਕੁਸ਼ੀਆਂ ਹੋਣਗੀਆਂ, ਇਸ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤਾਂ ਮੈਂ ਬੇਨਤੀ ਕਰਾਂ ਵੀ ਜੇ ਕੁੱਲ ਪਰ ਏਕੜ ਨੁਕਸਾਨ ਗਿਣੀਏ ਤਾਂ 80,000 ਰੁਪਏ ਪਰ ਏਕੜ ਹੈ ਸਣੇ ਤੂੜੀ, ਸੜੇ ਤੂੜੀ 'ਤੇ ਜਿਹੜੀ ਕਣਕ ਇਹਦੇ 'ਚੋਂ ਨਿਕਲਣੀ ਸੀ। ਜੇ ਉਸ ਬੰਦੇ ਨੂੰ ਤੁਸੀਂ 6,700 ਰੁਪਈਆ ਦੇ ਕੇ ਖੁਸ਼ ਕਰਨਾ ਚਾਹੋਗੇ, ਜੇ ਆ ਉਹਨੂੰ ਦੇਣਾ ਧੇਲਾ ਨਹੀਂ, ਇਹਦੇ ਨਾਲ ਸਥਿਤੀ ਕਾਬੂ ਨਹੀਂ ਹੇਠ ਨਹੀਂ ਆਉਣੀ। ਔਰ ਇੱਕ ਜਿਹੜੀ ਹੋਰ ਚਿੰਤਾ ਵਾਲੀ ਗੱਲ ਹੈ, ਭਾਰਤ ਸਰਕਾਰ ਮੂੰਹ ਬੰਦ ਕਰੀ ਬੈਠੀ ਹੈ। ਭਾਰਤ ਸਰਕਾਰ ਕੋਲ ਅੱਜ 150 ਲੱਖ ਟਨ ਅਨਾਜ ਹੈ ਸਿਰਫ ਸਾਡੇ ਕੇਂਦਰੀ ਅੰਨ ਭੰਡਾਰ 'ਚ, ਜਿਹੜਾ ਮਿਨੀਮਮ 270 ਲੱਖ ਟਨ ਚਾਹੀਦਾ, ਉਹ ਤੋਂ ਕਿਤੇ ਘੱਟ 150 ਲੱਖ ਟਨ ਅਨਾਜ ਹੈ। ਕਣਕ ਦੀ ਫਸਲ ਡੁੱਬ ਗਈ ਅਤੇ ਫਿਰ ਅੰਨ ਸੰਕਟ ਸਿਰ 'ਤੇ ਖੜ੍ਹਾ। ਭਾਰਤ ਸਰਕਾਰ ਕਾਰਪੋਰੇਟਸ ਨੂੰ ਦੇਣ ਲਈ ਤਾਂ ਉਹਦੇ ਕੋਲ ਬੇਸ਼ੁਮਾਰ ਪੈਸਾ ਹੈ, NVA 'ਚ ਪਾ ਕੇ ਹਰ ਸਾਲ ਲੱਖਾਂ ਕਰੋੜ ਰੁਪਈਆ ਕਾਰਪੋਰੇਟਸ ਦਾ ਮਾਫ਼ ਕਰੀ ਜਾ ਰਹੀ ਹੈ। ਅੱਜ ਦੇਸ਼ ਦਾ ਕਿਸਾਨ ਜਿਹੜਾ ਸਭ ਤੋਂ ਵੱਧ ਇੰਪਲਾਇਮੈਂਟ ਦਿੰਦਾ ਲੋਕਾਂ ਨੂੰ, ਸਮਾਜ ਦੇ ਲੋਕਾਂ ਨੂੰ ਸਭ ਤੋਂ ਵੱਧ ਇੰਪਲਾਇਮੈਂਟ ਖੇਤੀ 'ਚ ਹੈ, 2/3 ਪਾਪੂਲੇਸ਼ਨ ਖੇਤੀ 'ਚ ਜੁੜੀ ਹੋਈ ਹੈ, ਅੱਜ ਉਹ ਸਾਰੀ ਪਾਪੂਲੇਸ਼ਨ ਕ੍ਰਾਈਸਿਸ ਵਿੱਚ ਹੈ। ਅਤੇ ਨਾ ਕੇਂਦਰ ਨੂੰ ਇਹਦਾ ਫਿਕਰ ਹੈ, ਨਾ ਸੂਬੇ ਦੀ ਸਰਕਾਰ ਨੂੰ ਫਿਕਰ ਹੈ। ਔਰ ਅਫਸੋਸ ਇਹ ਆ ਵੀ ਲੋਕਾਂ ਨੂੰ ਜਿਹੜੇ ਇਸ਼ੂਸ, ਇਕਨੋਮਿਕ ਇਸ਼ੂਸ ਟੋਪ ਪ੍ਰਾਇਰਟੀ 'ਤੇ ਹੋਣੇ ਚਾਹੀਦੇ ਹੈ, ਉਹਦੀ ਬਜਾਏ ਮੁੱਦੇ ਖੜ੍ਹੇ ਕਰੇ ਜਾ ਰਹੇ, ਲੋਕਾਂ ਨੂੰ ਆਪੋ ਵਿੱਚ ਹੀ ਲੜਾ ਕੇ, ਲੋਕਾਂ ਦੇ ਵਿੱਚ ਧਰਮ ਦੇ ਬਖੇੜੇ ਖੜ੍ਹੇ ਕਰਕੇ, ਜਾਤ ਪਾਤ ਦੇ ਬਖੇੜੇ ਖੜ੍ਹੇ ਕਰਕੇ ਐਸੇ ਇਸ਼ੂਸ 'ਤੇ ਲੋਕਾਂ ਨੂੰ ਉਲਝਾਇਆ ਜਾ ਰਿਹਾ। ਲੋਕ ਪੰਜਾਬ 'ਚ ਤਾਂ ਲੋਕ ਸਹਿਮੇ ਬੈਠੇ ਆ ਜਿੱਦਾਂ ਪੰਜਾਬ ਦੀ ਸਰਕਾਰ ਬਿਹੇਵ ਕਰ ਰਹੀ ਹੈ, ਪੰਜਾਬ 'ਚ ਸਾਰਾ ਪੰਜਾਬ ਸਹਿਮਿਆ ਹੋਇਆ ਜਿਸ ਤਰ੍ਹਾਂ ਦੇ ਹਾਲਾਤ 'ਚੋਂ ਪੰਜਾਬ ਨਿਕਲਿਆ। ਪੰਜਾਬ ਦੇ ਲੋਕਾਂ ਨੂੰ ਡਰ ਲੱਗਣ ਲੱਗਿਆ ਵੀ ਇਹ ਸਰਕਾਰ ਫਿਰ ਉਹੀ ਹਾਲਾਤ ਪੈਦਾ ਕਰ ਦੇਗੀ। ਤਾਂ ਮੇਰੀ ਬੇਨਤੀ ਹੈ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ, ਜੇ ਕਿਤੇ ਇਹਦੇ 'ਚ ਹੁਣ ਹੋਰ ਅਣਗਹਿਲੀ ਹੋਈ
ਗਰਦੌਰੀਆਂ ਗਰਦੂਰੀਆਂ ਕੋਈ ਨਹੀਂ ਹੋ ਰਹੀਆਂ, ਨਾ ਪਬਲਿਕਲੀ ਹੋ ਰਹੀਆਂ, ਨਾ ਕਿਤੇ ਦਫ਼ਤਰਾਂ 'ਚ ਬੈਠ ਕੇ ਕਰ ਰਹੇ ਨੇ ਪਟਵਾਰੀ, ਨਾ ਇਹਨਾਂ ਕੋਲ ਪਟਵਾਰੀ ਨੇ ਅਸਲੀਅਤ ਦੱਸਣ ਲੋਕਾਂ ਨੂੰ ਵੀ ਸਾਡੇ ਕੋਲ ਪਟਵਾਰੀ ਨਹੀਂ। ਗਰਾਊਂਡ ਰਿਐਲਿਟੀ ਹੈ ਵੀ ਇਹਨਾਂ ਕੋਲ ਪਟਵਾਰੀ ਹੈ ਨਹੀਂ, ਗਰਦੌਰੀਆਂ ਕੌਣ ਕਰੇਗਾ। ਤੋ ਇਸ ਕਰਕੇ ਮੈਂ ਤੁਹਾਨੂੰ ਕਸ਼ਟ ਦਿੱਤਾ ਛੁੱਟੀ ਵਾਲੇ ਦਿਨ, ਇਸ ਲਈ ਵੀ ਬਹੁਤ ਵੱਡਾ ਮੁੱਦਾ ਹੈ, ਦੇਸ਼ ਨੂੰ ਅੰਨ ਸੰਕਟ ਵੱਲ ਵੱਧ ਰਿਹਾ, ਦੇਸ਼ ਇਹਤੋਂ ਬਚਾਉਣਾ ਹੈ। ਉਹਤੋਂ ਬਚਾਉਣ ਦਾ ਤਰੀਕਾ ਇੱਕੋ ਹੈ ਵੀ ਇੱਥੇ ਦੀ ਕਿਸਾਨੀ ਨੂੰ ਬਚਾ ਲਓ, ਖੇਤੀ ਨੂੰ ਬਚਾ ਲਓ। ਸਭ ਤੋਂ ਵੱਡਾ ਸੈਕਟਰ ਹੈ ਖੇਤੀ ਸੈਕਟਰ, ਇਹਨੂੰ ਤੁਸੀਂ ਹੋਰ ਰੋਲ ਨਹੀਂ ਸਕਦੇ, ਹੋਰ ਤੁਹਾਡੇ 'ਚ ਹਿੰਮਤ ਨਹੀਂ। ਅਤੇ ਜੇ ਇਸੇ ਤਰ੍ਹਾਂ ਦਾ ਰਵੱਈਆ ਰਿਹਾ ਤਾਂ ਮੈਨੂੰ ਡਰ ਹੈ ਵੀ ਦੇਸ਼ ਵਿੱਚ ਕਿਤੇ ਉਥਲ ਪੁਥਲ ਨਾ ਹੋ ਜਾਏ, ਭੁੱਖਮਰੀ ਹੋਏਗੀ ਹਰ ਐਂਗਲ ਤੋਂ, ਫਿਰ ਗੜਬੜ ਹੋਏਗੀ, ਕਿਤੇ ਪਾਕਿਸਤਾਨ ਵਾਲੇ ਹਾਲਾਤ ਪੈਦਾ ਨਾ ਹੋ ਜਾਣ। ਧੰਨਵਾਦ ਜੀ। ਇੱਥੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਵਿਧਾਇਕ ਜਿਹੜੇ ਨੇ ਉਹ ਕਿਸਾਨਾਂ ਦੇ ਵਿੱਚ ਜਾਣਗੇ, ਖੇਤੀ ਦੇ ਖਾਸ ਤੌਰ ਤੇ ਵੇਖਣਗੇ। ਹਾਂ, ਉਹਨਾਂ ਦਾ ਤਰੀਕਾ ਵੀ ਸਮਝੋ, ਜਾਂਦੇ ਨੇ ਆਪਣੇ ਚਾਰ ਸਾਥੀਆਂ ਨੂੰ ਨਾਲ ਲੈ ਕੇ, ਕਿਸੇ ਖੇਤ 'ਚ ਖੜ੍ਹ ਕੇ ਫੋਟੋ ਖਿਚਾਉਂਦੇ ਨੇ, ਕੋਈ ਗਰਾਊਂਡ ਰਿਐਲਿਟੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਮੈਨੂੰ ਅਫਸੋਸ ਇਸ ਗੱਲ ਦਾ ਹੀ ਹੈ ਵੀ ਅੱਜ ਦੇ ਪੋਲੀਟੀਸ਼ੀਅਨ ਨੂੰ, ਨਾਟ ਟੂ ਸੇ ਆਮ ਆਦਮੀ ਪਾਰਟੀ, ਸਾਰਿਆਂ ਨੂੰ ਬਿਆਨ ਦੇ ਕੇ ਉਹਦੇ ਬਾਅਦ ਗਰਾਊਂਡ 'ਤੇ ਕੀ ਹੋ ਰਿਹਾ ਉਹਦੀ ਕੋਈ ਚਿੰਤਾ ਨਹੀਂ, ਕਿਸੇ ਨੂੰ ਕੋਈ ਚਿੰਤਾ ਨਹੀਂ। ਮੈਂ ਉਹੀ ਗੱਲ ਕਰ ਰਿਹਾ ਵੀ ਉਹ ਰੋਜ਼ ਨਵੀਂ ਗੱਲ ਕਹਿ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਪੰਜਾਬ ਦੇ ਲੋਕਾਂ ਨੂੰ ਹੁਣ ਉਹਨਾਂ ਦੀ ਸਮਝ ਪੈ ਗਈ ਵੀ ਇਹਨਾਂ ਦੇ ਪੱਲੇ ਝੂਠ ਹੈ, ਇਦੋਂ ਵੱਧ ਕੁਛ ਨਹੀਂ ਦੇਣ ਲੈਣ ਨੂੰ, ਕੱਖ ਨਹੀਂ, ਪੰਜਾਬ ਸਿਰ ਕਰਜ਼ਾ ਚੜ੍ਹੀ ਜਾਂਦਾ, ਪਰ ਕਿਸਾਨੀ ਦਾ ਕੀ ਕਰੋਗੇ। ਔਰ ਇੱਕ ਮੇਰੀ ਸਾਡੀ ਮੰਗ ਹੈ ਵੀ ਇਸ ਜਿਹੜਾ ਉਹਨਾਂ ਨੇ ਕੀਤਾ, ਸਿਰਫ ਕੋਆਪਰੇਟਿਵ ਸੁਸਾਇਟੀਆਂ ਦੇ ਜਿਹੜੇ ਲੋਨਸ ਨੇ ਉਹ ਡੈਫਰ ਕੀਤੇ ਨੇ ਇੱਕ ਸਾਲ ਲਈ, ਲੈਂਡ ਮੋਰਗੇਜ ਬੈਂਕਾਂ, ਕਮਰਸ਼ੀਅਲ ਬੈਂਕਾਂ, ਉਹਨਾਂ ਦਾ ਬਹੁਤ ਕਰਜ਼ਾ ਹੈ ਇਸ ਫਸਲ ਦੇ ਉੱਤੇ, ਜਿੰਨਾ ਦਾਰੋ ਮਦਾਰ ਹੈ ਕਿਸਾਨਾਂ ਦਾ ਉਹ ਸਾਰਾ ਹੀ ਡੁੱਬ ਗਿਆ। ਘੱਟੋ ਘੱਟ 3 ਸਾਲ ਲਈ ਸਾਰੇ ਜਿੰਨੇ ਕਰਜ਼ੇ ਨੇ ਇੰਟਰਸਟ ਫਰੀ ਡੈਫਰ ਕਰਨੇ ਚਾਹੀਦੇ, ਘੱਟੋ ਘੱਟ 3 ਸਾਲ ਲਈ। ਉਹਦੇ ਬਿਨਾਂ ਇਹ ਕਿਸਾਨ ਨੇ ਪੈਰਾਂ ਸਿਰ ਨਹੀਂ ਆਉਣਾ। ਹੁਣ ਦੀ ਇੱਕ ਫਸਲ ਡੁੱਬੀ ਹੋਈ, 3-4 ਸਾਲ ਉਹਨੂੰ ਪੈਰਾਂ ਸਿਰ ਆਉਣ ਨੂੰ ਲੱਗਣੀਆਂ, ਉਹਦੀਆਂ ਆਪਣੀਆਂ ਜ਼ਿੰਮੇਵਾਰੀਆਂ ਤਾਂ ਅੱਗੇ ਪੈਣੀਆਂ ਹੀ ਨੇ, ਪਰ ਆਰਥਿਕ ਪੱਖੋਂ ਪੈਰਾਂ ਸਿਰ ਖੜ੍ਹਾ ਹੋਣ ਲਈ ਉਹਨੂੰ 3-4 ਸਾਲ ਲੱਗ ਜਾਣੇ ਨੇ। ਐਡਾ ਵੱਡਾ ਝਟਕਾ, ਮੈਂ ਇਸੇ ਕਰਕੇ ਇਹਨੂੰ ਇਕਨੋਮਿਕ ਡਿਜ਼ਾਸਟਰ ਕਹਿਣਾ। ਰਾਜੀਵਾ ਸਾਹਿਬ, ਤੁਸੀਂ ਕਹਿੰਦੇ ਹੋ ਕਿ 15,000 ਰੁਪਏ ਮੁਆਵਜ਼ਾ ਘੱਟ ਹੈ, ਪਹਿਲਾਂ ਸਰਕਾਰ ਕਹਿੰਦੀ 12,000 ਮਿਲਦਾ ਸੀ, ਹੁਣ ਤੇ 15,000 ਘੱਟ ਹੈ। ਇਨਫਲੇਸ਼ਨ ਕਿੱਥੇ ਗਈ? 15,000 ਰੁਪਈਆ, ਇਹ ਤਾਂ 5,000 ਮਿਲਦਾ ਹੁੰਦਾ ਸੀ ਜੀ ਅੱਜ ਤੋਂ 50 ਸਾਲ ਪਹਿਲਾਂ। 5,000 50 ਸਾਲ ਪਹਿਲਾਂ ਦਾ ਅੱਜ ਕਿੰਨਾ ਬਣਦਾ? ਇਨਫਲੇਸ਼ਨ ਰੇਟ ਨਾਲ ਦੇਖ ਲਓ, 3,000 ਰੁਪਈਆ ਵਧਾ ਕੇ। ਇਹ ਤਾਂ ਜਦੋਂ ਅਪੋਜੀਸ਼ਨ ਸੀ ਉਦੋਂ ਇਹਦੀਆਂ ਆਪਣੀਆਂ ਵੀਡੀਓ ਤੁਸੀਂ ਲੋਕ ਚਲਾਉਂਦੇ ਹੋ, ਉਦੋਂ ਇਹ 20,000 ਕਹਿੰਦਾ ਹੁੰਦਾ ਸੀ। ਇਹ ਤਾਂ ਐਵੇਂ ਹੁਣ ਜਦ ਜ਼ਿੰਮੇਵਾਰੀ ਪਈ ਹੈ, ਇਹ ਮੁੜ ਤੋਂ ਛਾਣ ਨਹੀਂ ਲਾਉਣ ਵਾਲੀ ਗੱਲ ਹੈ। 15,000 'ਚ ਕੋਈ ਘਰ ਪੂਰਾ ਨਹੀਂ ਹੁੰਦਾ, ਮਿਨੀਮਮ 50,000 ਰੁਪਈਆ ਚਾਹੀਦਾ ਕਿਸਾਨ ਨੂੰ। ਇਹਦੇ ਨਾਲ ਉਹ ਥੋੜ੍ਹਾ ਜਿਹਾ ਅਗਲੀ ਫਸਲ ਬੀਜਣ ਵਾਸਤੇ ਸਹਾਰਾ ਮਿਲ ਜਾਏਗਾ ਉਹਨੂੰ। ਅਤੇ ਇੱਕ ਹੋਰ, ਇਕੱਲੀ ਕਣਕ ਦੀ ਫਸਲ ਨਹੀਂ ਡੁੱਬੀ, ਆਲੂ ਜਿਹੜਾ ਪੱਟਿਆ ਨਹੀਂ ਗਿਆ ਉਹ ਵੀ ਗਲ ਗਿਆ, ਮੱਕੀ ਲੋਕਾਂ ਨੇ ਬੀਜੀ ਜਿਹਨਾਂ ਨੇ ਆਲੂ ਪੱਟ ਕੇ, ਉਹ ਮੱਕੀ ਵੀ ਬਰਬਾਦ ਹੋ ਗਈ, ਸਰੋਂ ਵੀ ਬਰਬਾਦ ਹੋ ਗਈ, ਜਿਹੜੀ ਥੋੜ੍ਹੀ ਬਹੁਤੀ ਬਚੀ ਹੈ ਉਹਦੀ ਕੁਆਲਿਟੀ ਖਰਾਬ ਹੋ ਗਈ। ਤੋ ਹਰ ਫਸਲ ਦਾ ਨੁਕਸਾਨ ਹੋਇਆ, ਸਬਜ਼ੀਆਂ ਤਬਾਹ ਹੋ ਗਈਆਂ, ਪੱਠੇ ਚਾਰਾ। ਅਸੀਂ 100% ਕਹਿੰਦੇ ਰਹੇ ਹਾਂ, ਅਸੀਂ ਕਿਹਾ ਇਸ ਕਰਕੇ 50,000 ਵੀ ਕਣਕ 60,000 ਦੀ ਇੱਕ ਕਿੱਲੇ ਵਿੱਚੋਂ ਹੋ ਜਾਂਦੀ ਹੈ, ਚਲੋ 10,000 ਉਹਦਾ ਜਿਹੜਾ ਥੋੜ੍ਹਾ ਬਹੁਤਾ ਘਾਟਾ ਸਹਿ ਲਓ ਤਾਂ 50,000 ਕਿਹਾ। ਹੁਣ ਤੂੜੀ ਦਾ ਵੀ ਨੁਕਸਾਨ ਹੋ ਗਿਆ, 80,000 ਦਾ ਨੁਕਸਾਨ ਹੋ ਗਿਆ, ਅਸੀਂ ਕਿਸੇ ਤੋਂ ਲੈ ਕੇ ਨਹੀਂ ਕਰਦੇ। ਔਰ ਖਾਸ ਤੌਰ 'ਤੇ ਮੈਂ ਤੁਹਾਨੂੰ ਦੱਸਾਂ, ਮੇਰੀ ਆਦਤ ਹੈ ਮੈਂ ਬਿਨਾਂ ਕੁਛ ਕੈਲਕੂਲੇਟ ਕੀਤੇ ਕਦੀ ਕੁਛ ਨਹੀਂ ਕਹਿੰਦਾ। ਮੈਂ ਪਹਿਲਾਂ ਸਟੱਡੀ ਕਰਕੇ ਆਪਣੇ ਆਪ ਨੂੰ ਕਲੀਅਰ ਕਰਦਾ, ਫਿਰ ਉਹਦੇ ਬਾਅਦ ਕਹਿੰਦਾ ਜੋ ਕਹਿਣਾ।
और इदों घट गुजारा ही नहीं किसान का। अदरवाइज आप सारे देखा मैं डर लगता है भी इतने खुदकुशियां वीड्डी पद्धर से होनी।